ਇਸ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਟਰੈਕਟਰ ਮੰਡੀ ਯੂਟਿਊਬ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਦਿੱਤੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਕਿ ਅਸੀਂ ਜਿਹੜੀ ਵੀ ਵੀਡੀਓ ਪਾਈਏ ਤਾਂ ਤੁਹਾਡੇ ਕੋਲ ਉਹਦਾ ਇੱਕ ਨੋਟੀਫਿਕੇਸ਼ਨ ਚੱਲਿਆ ਜਾਵੇ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਜੀ ਸਾਰਿਆਂ ਦਾ? ਮੈਂ ਤੁਹਾਡਾ ਆਪਣਾ ਰਮਨਦੀਪ ਟਰੈਕਟਰ ਮੰਡੀ ਯੂਟਿਊਬ ਚੈਨਲ ਦੇ ਵਿੱਚ ਇੱਕ ਹੋਰ ਇੰਟਰਸਟਿੰਗ ਅਤੇ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੀ। ਅੱਜ ਆਪਣੇ ਕੋਲ ਪਹਿਲਾ ਟਰੈਕਟਰ ਆਇਆ ਜਿਹੜਾ ਜੀ ਆਇਸ਼ਰ 333 ਜੀ 2016 ਮਾਡਲ ਹੈ ਜੀ। 340,000 ਰੁਪਈਆ ਦਾ ਪ੍ਰਾਈਸ ਹੈ ਜੀ। 99917 34415 ਵੀਰ ਦਾ ਨੰਬਰ ਹੈ ਜੀ। ਹਰਿਆਣਾ ਏਰੀਆ ਦਾ ਟਰੈਕਟਰ ਹੈ ਜੀ। 80% ਟਾਇਰ ਪਿਆ ਵੀਰ ਜੀ, ਸੁਪਰ A1 ਕੰਡੀਸ਼ਨ ਹੈ, ਬਹੁਤ ਵਧੀਆ ਕੰਡੀਸ਼ਨ ਦਾ ਵੀਰ ਇਹ ਟਰੈਕਟਰ ਹੈ। ਅਤੇ ਮਿਊਜ਼ਿਕ ਸਿਸਟਮ ਹੋਡੀ ਛਤਰੀ ਲੱਗੇ ਹੋਏ ਨੇ, ਸਭ ਕੁਛ ਵੀਰ ਓਕੇ ਹੈ। ਟਰੈਕਟਰ ਦਾ ਕਾਗਜ਼ ਵਗੈਰਾ ਦੀ ਪੂਰੀ ਜ਼ਿੰਮੇਦਾਰੀ ਹੈ ਜੀ। ਅਤੇ ਅੱਗੇ ਤੁਸੀਂ ਦੇਖ ਰਹੇ ਹੋ ਬੰਪਰ ਵੀ ਲੱਗਿਆ ਹੋਇਆ ਟਰੈਕਟਰ 'ਤੇ, ਬਹੁਤ ਹੀ ਵਧੀਆ ਕੰਡੀਸ਼ਨ ਦਾ। ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ, ਨਿਊ ਕੰਡੀਸ਼ਨ ਦੇ ਟਾਇਰ ਪਏ ਨੇ, ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਵੀਰ ਇਹ। ਅਤੇ ਜਿਨ੍ਹਾਂ ਨੇ ਇਹ ਐਡ ਭੇਜੀ ਹੈ ਵੀਰ, ਇਹਨਾਂ ਦਾ ਪੁਰਾਣੇ ਟਰੈਕਟਰਾਂ ਦਾ ਕੰਮ ਹੈ, ਇਹਨਾਂ ਤੋਂ ਤੁਸੀਂ ਹੋਰ ਵੀ ਟਰੈਕਟਰ ਖਰੀਦ ਸਕਦੇ ਹੋ। ਇਸ ਵੀਡੀਓ ਵਿੱਚ ਜਿੰਨੇ ਟਰੈਕਟਰ ਨੇ ਵੀਰ ਇਹਨਾਂ ਦੇ ਹੀ ਮਤਲਬ ਕਿ ਪਵਾਏ ਹੋਏ ਨੇ, ਅਤੇ ਤਿੰਨੇ ਟਰੈਕਟਰ ਇਸੇ ਇੱਕੋ ਹੀ ਵੀਰ ਨੇ ਭੇਜੇ ਹੋਏ ਨੇ। ਅਤੇ ਜੇਕਰ ਕੋਈ ਵੀ ਕਿਸਾਨ ਵੀਰ ਇਸ ਟਰੈਕਟਰ ਲੈਣਾ ਚਾਹੁੰਦਾ ਜੀ, ਹਰਿਆਣਾ ਏਰੀਆ, ਅਤੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੀ। ਜੇਕਰ ਤੁਸੀਂ ਵੀ ਕੋਈ ਆਪਣਾ ਸੰਦ ਟਰੈਕਟਰ ਵੇਚਣਾ ਚਾਹੁੰਦੇ ਹੋ ਜੀ, ਤਾਂ ਉਹਦੀਆਂ 5 ਤੋਂ 7 ਫੋਟੋਆਂ ਅਤੇ ਸਾਰੀ ਡਿਟੇਲ ਜਿਹੜੀ ਆ ਲਿਖੀ ਹੋਈ ਹੈ ਜੀ, ਇਹ ਲਿਖ ਕੇ ਤੁਸੀਂ ਮੇਰੇ ਵਟਸਐਪ ਨੰਬਰ 'ਤੇ ਭੇਜ ਦਿਓ ਜੀ। ਮੇਰਾ ਵਟਸਐਪ ਨੰਬਰ ਹੈਗਾ ਜੀ 88376065987, ਅਤੇ ਉਦੋਂ ਬਾਅਦ ਅਸੀਂ ਐਡ ਤੁਹਾਡੀ ਆਪਣੇ ਫ੍ਰੀ ਦੇ ਵਿੱਚ ਆਪਣੇ ਯੂਟਿਊਬ ਚੈਨਲ 'ਤੇ ਕਰ ਦਿਆਂਗੇ। ਨਾ ਕਿਸੇ ਟਰੈਕਟਰ 'ਤੇ ਵਿਕਣ 'ਤੇ ਸਾਡਾ ਕੋਈ ਕਮਿਸ਼ਨ ਹੁੰਦਾ ਜੀ, ਸਿੱਧਾ ਕਿਸਾਨ ਵੀਰ ਦਾ ਨੰਬਰ ਦਿੱਤਾ ਜਾਂਦਾ ਜੀ ਜਿਹਦਾ ਟਰੈਕਟਰ ਹੁੰਦਾ। ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਕਿਸਾਨ ਭਰਾ ਇਸ ਟਰੈਕਟਰ ਮੰਡੀ ਦਾ ਫਾਇਦਾ ਚੱਕ ਸਕਣ। ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ, ਥੱਲੇ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਜੀ। ਅਗਲਾ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਜੀ, ਮਹਿੰਦਰਾ 575 DI ਟਰੈਕਟਰ ਹੈ ਜੀ, ਅਤੇ 1990 ਮਾਡਲ ਟਰੈਕਟਰ ਹੈ ਜੀ, ਓਲਡ ਮਾਡਲ ਟਰੈਕਟਰ ਹੈ ਵੀਰ ਜੀ। ਹੁੱਡ ਛਤਰੀ ਲੱਗਿਆ ਹੋਇਆ ਟਰੈਕਟਰ ਦੇ, ਅਤੇ 1,35,000 ਪ੍ਰਾਈਜ਼ ਮੰਗਿਆ ਵੀਰ ਨੇ ਇਹਦਾ ਜੀ। ਨੰਬਰ ਵੀਰ ਜੀ ਸੇਮ ਹੀ ਰਹੂਗਾ, 99917 34415, ਕਿਉਂਕਿ ਇਹ ਤਿੰਨੇ ਐਡਾਂ ਇੱਕ ਵੀਰ ਨੇ ਭੇਜੀਆਂ ਨੇ। ਇਹਨਾਂ ਦਾ ਓਲਡ ਟਰੈਕਟਰ, ਪੁਰਾਣੇ ਟਰੈਕਟਰ, ਇਹਨਾਂ ਹਰਿਆਣੇ ਦੇ ਵਿੱਚ ਕੰਮ ਹੈ ਵੀਰ। ਅਤੇ 75% ਦੇ ਟਾਇਰ ਪਏ ਨੇ ਵੀਰ ਜੀ, ਹਰਿਆਣਾ ਏਰੀਆ, ਕੰਡੀਸ਼ਨ ਗੁੱਡ ਹੈ, ਓਵਰਆਲ ਕੰਡੀਸ਼ਨ ਬਹੁਤ ਵਧੀਆ ਪਈ ਹੈ, ਮਾਡਲ ਦੇ ਹਿਸਾਬ ਨਾਲ ਵੀਰ ਉਹ ਕੰਡੀਸ਼ਨ ਠੀਕ ਹੈ ਟਰੈਕਟਰ ਦੀ। ਅਤੇ ਜੇਕਰ ਤੁਸੀਂ ਇਸ ਟਰੈਕਟਰ ਨੂੰ ਵੀ ਬਾਏ ਕਰਨਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ ਜੀ, ਤੁਸੀਂ ਨੰਬਰ ਦਿੱਤਾ ਹੋਇਆ, ਸਿੱਧੀ ਤੁਸੀਂ ਇਹਨਾਂ ਨਾਲ ਗੱਲ ਕਰਨੀ ਹੈ ਅਤੇ ਆਪਣੀ ਡੀਲ ਕੰਪਲੀਟ ਕਰਨੀ ਹੈ। ਰੇਟ ਵਿੱਚ ਅਗਰ ਹੋਰ ਉੱਪਰ ਨੀਚੇ ਹੋ ਸਕਦਾ, ਤੁਸੀਂ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਕਿ ਲਾਸਟ ਰੇਟ ਕੀ ਹੈ ਜੀ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰ ਜੀ। ਹਰੇਕ ਬੰਦੇ ਕੋਲ ਵਟਸਐਪ, ਫੇਸਬੁੱਕ ਦੇ ਉੱਤੇ ਅਕਾਊਂਟ ਬਣੇ ਹੋਏ ਨੇ, ਵਟਸਐਪ ਦੇ ਵਿੱਚ ਗਰੁੱਪ ਨੇ, ਅਤੇ ਤੁਸੀਂ ਉਹਨਾਂ ਗਰੁੱਪਾਂ ਦੇ ਵਿੱਚ ਮੇਰੀ ਵੀਡੀਓ ਸ਼ੇਅਰ ਕਰ ਸਕਦੇ ਹੋ, ਅਤੇ ਹੋਰ ਕਿਸਾਨ ਭਰਾਵਾਂ ਤੱਕ ਇਹ ਵੀਡੀਓ ਭੇਜ ਸਕਦੇ ਹੋ, ਅਤੇ ਹੋਰ ਕਿਸਾਨ ਭਰਾ ਇਸ ਵੀਡੀਓ ਨੂੰ ਦੇਖਣਗੇ, ਅਤੇ ਜੇਕਰ ਉਹਨਾਂ ਦੇ ਕੋਈ ਜ਼ਰੂਰਤ ਦੇ ਹਿਸਾਬ ਨਾਲ ਆਪਣਾ ਕੋਈ ਸੰਦ ਖਰੀਦ ਸਕਣਗੇ ਇਸ ਚੈਨਲ ਦੇ ਉੱਪਰ। ਇਸ ਚੈਨਲ ਦੇ ਉੱਪਰ ਆਪਾਂ ਡੇਲੀ ਬਹੁਤ ਵੀਡੀਓ ਪਾਉਂਦੇ ਹੁੰਦੇ ਜੀ, ਮੰਡੀਆਂ ਤੋਂ ਲਾਈਵ ਹੋ ਕੇ, ਅਤੇ ਕਿਸਾਨ ਵੀਰਾਂ ਦੇ ਸਿੱਧੀਆਂ ਡਾਇਰੈਕਟ ਘਰਾਂ ਦੇ ਵਿੱਚੋਂ ਇਹ ਵੀਡੀਓ ਆਉਂਦੀਆਂ ਨੇ, ਅਤੇ ਹਰ ਤਰ੍ਹਾਂ ਦੀ ਵੀਡੀਓ ਤੁਹਾਨੂੰ ਇਸ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਜੂਗੀ ਜੀ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ, ਚੈਨਲ ਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਟਰੈਕਟਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਨੇ ਜੀ। ਅਗਲਾ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਵੀ ਜੀ, ਆਇਸ਼ਰ ਟਰੈਕਟਰ 241 ਟਰੈਕਟਰ ਹੈ ਵੀ ਰਹੇ, ਅਤੇ 2009 ਮਾਡਲ ਟਰੈਕਟਰ ਵੀ ਜੀ, 1,30,000 ਰੁਪਈਆ ਦਾ ਪ੍ਰਾਈਜ਼ ਹੈ। ਨੰਬਰ ਇਸ ਵਾਰ ਵੀ ਸੇਮ ਹੀ ਰਹੂਗਾ, 99917 34415 ਇਹਨਾਂ ਦਾ ਟਰੈਕਟਰ ਨੰਬਰ ਹੈ ਵੀਰ ਦਾ, ਹਰਿਆਣਾ ਏਰੀਆ ਇਹਨਾਂ ਦਾ। 50% ਟਾਇਰਾਂ ਦੀ ਕੰਡੀਸ਼ਨ ਹੈ ਵੀਰ ਜੀ, ਅਤੇ A1 ਮਤਲਬ ਕਿ ਓਵਰਆਲ ਕੰਡੀਸ਼ਨ A1 ਪਈ ਹੈ ਟਰੈਕਟਰ ਦੀ, ਕਲਰ ਵਗੈਰਾ ਵੀ ਸਭ ਕੁਛ ਨਾਲ ਦਾ।
ਜਿਹੜੇ ਤੁਸੀਂ ਟਰੈਕਟਰ ਦੇਖਿਓ ਵੀਰ ਜੀ, ਇਹਨਾਂ ਦਾ ਸਭ ਕੁਛ ਓਕੇ ਹੈ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਇਹਨਾਂ ਨੂੰ, ਮਤਲਬ ਕਿ ਇੰਜਨ ਵਗੈਰਾ ਸਭ ਕੁਛ ਓਕੇ ਨੇ ਵੀਰ ਜੀ, ਕਾਗਜ਼ ਵਗੈਰਾ ਦੀ ਵੀ ਸਾਰੀ ਜ਼ਿੰਮੇਵਾਰੀ ਹੈਗੀ ਹੈ ਵੀਰ ਦੀ ਜਿਨ੍ਹਾਂ ਨੇ ਇਹ ਐਡ ਪਵਾਈ ਹੈ, ਅਤੇ ਤੁਹਾਨੂੰ ਬੇਝਿਜਕ ਹੋ ਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਅਤੇ ਇਹਨਾਂ ਤੋਂ ਸਾਰਾ ਕੁਛ ਜਾਣਕਾਰੀ ਲੈ ਸਕਦੇ ਹੋ, ਹੋਰ ਫੋਟੋਆਂ ਮੰਗਾ ਸਕਦੇ ਹੋ ਅਤੇ ਨੰਬਰ ਤੁਹਾਨੂੰ ਦਿੱਤਾ ਹੀ ਹੋਇਆ ਹੈ, ਅਤੇ ਤੁਸੀਂ ਵੀ ਆਪਣੀ ਐਡ ਸਾਡੀ ਯੂਟਿਊਬ ਚੈਨਲ 'ਤੇ ਲਗਾ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ, ਅਤੇ ਮੇਰਾ ਨੰਬਰ ਹੈਗਾ ਜੀ 88 376 65 987, ਉਹਦੇ ਉੱਤੇ ਤੁਸੀਂ ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ, 5 ਤੋਂ 7 ਫੋਟੋਆਂ ਜਾਂ 2 ਮਿੰਟ ਦੀ ਇੱਕ ਵੀਡੀਓ ਤੁਸੀਂ ਭੇਜ ਸਕਦੇ ਹੋ ਜੀ। ਤਾਂ ਅੱਜ ਦੀ ਵੀਡੀਓ ਸਿਰਫ ਇੰਨੇ ਜੀ, ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਊਗੀ ਜੀ, ਤਦ ਤੱਕ ਲਈ ਰੱਬ ਰਾਖਾ।